ਕੀਤੀ ਹੋਈ ਇਹਨੇ ਸਕੂਲੋਂ ਆਇਆ ਵੇਖੋ ਜੋਦਾ ਹਾ ਆ ਵੇਖ ਅੰਮ ਵਾਟ ਫੋਰ ਗ੍ਰੈਬ ਅ ਸਨੀਕਰ ਬਾਪੂ ਨੇ ਤੇਰੇ ਪਿੱਛੇ ਲਾ ਕੇ ਸਿਲੰਡਰ ਵੇ ਤੇ ਮੇਰਾ ਪੋਸ ਕਰ ਗੁਰਦੁਆਰੇ ਸਾਹਿਬ ਤੋਂ ਮੱਥਾ ਟੇਕ ਆਏ ਆ ਲੰਗਰ ਪਾਣੀ ਛਕ ਲਿਆ ਵਾ ਹੁਣ ਆਪਾਂ ਨੈਕਸਟ स्ट्रीट विजिट करने थोड़ा ऐसे लागे बस लिए सड़क घूमने जी है इधर सामने मंदिर है। सो मित्रों हूँ आप आ गए जी वेस्टमिंस्टर वेस्टमिंस्टर बिग बेन टावर चेक करो यार बिग बेन टावर यार काफी वड्डी बिल्डिंग है यार ऊपर तक लंडन आई तो तुम पता ही ना जरा वा सारा झूठा बनया वा जॉइंट फील्ड जिन्होंने कहते हैं सामने कहते थे लंडन आई और सो हूँ आप आ गए लंडन आई सामने है बिग बेन टावर चेक करो यार किड्डा वधिया लगन डिया वा आल एरिया च मैं फर्स्ट टाइम आया वा मैं जिन्नी वारी आया कि मैं लंडन ब्रिज घूमया वा अब लंडन आई तो इधर मैं हूँ आया फर्स्ट टाइम नाइस है यार बहुत सोहना एरिया वाला लंडन आई तो मूव करके हम अपन नेक्स्ट चलने हैं लंडन ब्रिज मी पैन लग पे यार सारा मजा स्पॉइल करता मी ने ठंड इन्नी बढ़ गई है पर ये लुक चेक करो एक टॉस सोना लगन वाला एरिया लंडन आई वाला तो वाली जो लाइटिंग्स लगी हैं इतने बिल्डिंग से डिफरेंट डिफरेंट कलर्स इधर ही अपना बिग बेन टावर आ भी यार किड्डा सोहना लगन नाइट च लंडन की गलबात ही वक्री बाबे बहुत नज़ारेदार जगह है हूँ आप आ गए लंडन आई वालू बिल्कुल क्लोज तो हम इधर चेक करते हैं क्लोज तो किमें लगता लंडन आई इधर सामने है बिग बेन थेम्स रिवर ते इधर अपना लंडन आई तो हूँ आप आ गए जी लंडन आई दे बिल्कुल थले वेख सकते तीन तो यार मीह ने बड़ा काम खराब किया ना घंटा हो गया मीह पैन दिया आप अंदर वेट करते रहे वो दो जने अजे तो गुरी गए बाथरूम कर उधर पहुँच गए अपना टावर ब्रिज वाले पास जो लंडन ब्रिज कहते जिन्हों टावर ब्रिज पहुँच गए तो कहें हूँ तीन उत्थे आ जाओ हूँ आप भी तुर के चलने भी यार इतने मैं राइड भी लैनी ही आप चलो कोई नहीं नैक्सट टाइम फिर आवेंगे तो फिर इतने राइड भी लैके जावे आप लंडन आई राइड ना इदा ही मुड़ना पैना पर मैं फर्स्ट टाइम इतने वेखन आया भी कि बहुत ज़्यादा व्डा है लंडन आई है भी कि सोहना तो हूँ आप थेम्स रिवर फॉलो करते हुए इतों सीधा ही जाइए ना सीधा ही बिल्कुल अगे लंडन भी जाना टावर ब्रिज जिन्होंने कहते हैं लाइटिंग्स इस टाइम राइट ना टाइम हो जी 11 बज गए रात के तो तुम चेक कर सकते हो ना कितना कितनी रौनक रात दे 11 बजे तक मतलब कि इतने 24 आवर्स 24 घंटे इतने चहल पहल तुम मिलनी है जो वाला मेन सेंटर लंडन है लुक एट दैट गाइस आ पूरी स्ट्रीट साइड वाली चीज
ਕਿੱਡੀ ਘੈਂਟ ਲੋਕੇਸ਼ਨ ਹੈ ਯਾਰ ਆਹ ਵਾਲੀ, ਪੂਰੀਆਂ ਗ੍ਰਾਫਿਟੀਸ ਬਣੀਆਂ ਇੱਥੇ, ਆ ਕੋਈ ਸਕੇਟ ਬੋਰਡਿੰਗ ਕਰਨ ਦੇ ਲੋਕੀ, ਕਿਆ ਬਾਤ ਹੈ, ਸਟੰਟ ਕਰਨ ਦੇ ਪੂਰੇ ਫੁੱਲ ਸਾਰੇ। ਪੂਰੀ ਹੱਥ ਕਰਵਾਉਂਦੇ ਤੇ ਪਿੱਛੇ ਕਿ ਨਹੀਂ ਸਕੇਟ ਬੋਰਡਿੰਗ ਦੀ ਲੈਟਸ ਮੂਵ ਫਰਦਰ। ਯਾਰ ਆਹ ਚੈੱਕ ਕਰੋ, ਟ੍ਰੀਸ 'ਚ ਆਹ ਲਾਈਟਾਂ ਲਈਆਂ, ਤਾਰੇ ਚਮਕਣ ਹੁੰਦੇ ਆ, ਮਤਲਬ ਕਿ ਇਹਨਾਂ ਨੇ ਹਰ ਇੱਕ ਥੋੜ੍ਹੀ ਥੋੜ੍ਹੀ ਜਗ੍ਹਾ ਦੇ ਬਾਅਦ ਇਹਨਾਂ ਨੇ ਸੋਹਣੀਆਂ ਸੋਹਣੀਆਂ ਕ੍ਰੀਏਟੀਵਿਟੀਜ਼ ਕੀਤੀਆਂ ਹੋਈਆਂ ਵੀ ਲੋਕ ਬੋਰ ਨਾ ਹੋਏ ਨੇ ਇੱਕੋ ਸੇਮ ਸੇਮ ਚੀਜ਼ ਵੇਖ ਕੇ। ਪਿੱਛੇ ਜੇ ਬਲੇ ਬਲੇ ਲਾਈਟਿੰਗ ਸੀ, ਅੱਗੇ ਆ ਕੇ ਹੁਣ ਟ੍ਰੀਸ 'ਚ ਲਾਈਟਿੰਗਸ ਕਰਤੀਆਂ ਵਾ, ਉਸ ਤੋਂ ਬਾਅਦ ਅੱਗੇ ਜਾ ਕੇ ਕੁਛ ਹੋਰ ਡਿਫਰੈਂਟ ਵੇਖਣ ਨੂੰ ਮਿਲੂਗਾ। ਇਹ ਪੂਰੀ ਗੱਲਬਾਤ ਆ, ਮਤਲਬ ਕਿ ਪੂਰੀ ਥੇਮ ਸਰੀਵਰ ਦੇ ਲਾਗੇ ਇਹਨਾਂ ਨੇ ਇੰਨਾ ਸਜਾ ਕੇ ਰੱਖਿਆ ਨਾ ਕੰਮ, ਕਿਆ ਬਾਤ ਆ ਯਾਰ, ਦਿਲ ਹੀ ਖੁਸ਼ ਹੋ ਗਿਆ ਜੀ। ਅੱਗੇ ਅੱਗੇ ਤੁਰਦੇ ਤੇ ਹੁਣ ਆਪਾਂ ਆ ਗਏ ਜੀ, ਆਖੋ ਵੀ ਕਿੰਨੀ ਸੋਹਣੀ ਲੋਕੇਸ਼ਨ ਤੇ ਆ ਗਏ ਆਪਾਂ। ਸਾਹਮਣੇ ਸਦਕ ਆ ਬਿਲਡਿੰਗ ਜਿਹੜੀ ਤੁਸੀਂ ਵੇਖ ਸਕਦੇ ਹੋ ਨਾ ਇੱਥੇ, ਇਹ ਹੈਗੀ ਇੰਗਲੈਂਡ ਦੀ ਸਭ ਤੋਂ ਉੱਚੀ ਬਿਲਡਿੰਗ, ਸਦਕ ਬੋਲਦੇ ਨੂੰ। ਯਾਰ ਆਹ ਲੰਡਨ ਦੀਆਂ ਪੁਰਾਣੀਆਂ ਸਟਰੀਟਸ ਚੈੱਕ ਕਰੋ, ਮੈਂ ਕਿੱਡੀ ਵਧੀਆ ਲੱਗ, ਯਾਰ ਕਿੱਡੀ ਸੋਹਣੀ ਲੋਕੇਸ਼ਨ ਆ ਇਹ, ਇੱਦਾਂ ਦੀਆਂ ਸਟਰੀਟਸ ਸ਼ੂਟਿੰਗ ਹੁੰਦੀ ਨੇ ਫਿਲਮਾਂ ਦੀ, ਇੱਦਾਂ ਦੀਆਂ ਨਹੀਂ ਪੁਰਾਣੀਆਂ ਸਾਰੀਆਂ, ਕਿਆ ਬਾਤ ਹੈ। ਮਤਲਬ ਕਿ ਲੰਡਨ ਬ੍ਰਿਜ ਵਾਲਾ ਜਿਹੜਾ ਹੈਗਾ ਥੇਮਸ ਰਿਵਰ ਵਾਲਾ ਏਰੀਆ ਸਾਰਾ ਐਡਾ ਕਲਾਸੀ ਬਣਿਆ ਨਾ, ਐਡਾ ਕੁ ਸੋਹਣਾ ਐਂਟੀਕ ਜਿਹਾ, ਉੱਤੋਂ ਉਹ ਬਿਲਡਿੰਗ ਉਹਦੀ ਟਿੱਪ ਵੱਖਰੀ ਜਗਣ ਦੀ ਭੈਣ, ਕਿੱਡੀ ਵਧੀਆ ਲੱਗਦੀ ਆ, ਨੈਕਸਟ ਲੈਵਲ ਯਾਰ ਨੈਕਸਟ ਲੈਵਲ। ਓਲਡ ਥੇਮਸ ਸਾਈਡ ਇਨ, ਯਾਰ ਆਹ ਚੈੱਕ ਕਰੋ ਲੋਕੇਸ਼ਨ ਇੱਧਰੋਂ ਦੀ, ਪਿੱਛੇ ਲੰਡਨ ਦੀ ਸਾਰੀ, ਇੱਥੇ ਆ ਓਰੀਜਨਲ ਸ਼ਿਪ ਲੱਗੀ ਆ ਵੇਖੋ ਅਸਲੀ ਦੀ। ਆਇਆ ਪਵਣੇ, ਕਿਆ ਬਾਤ ਹੈ ਯਾਰ, ਕਿੱਡਾ ਵਧੀਆ ਲੱਗਣ ਡਿਆ ਇੱਥੋਂ ਵਿਊ ਸਾਰਾ, ਓਏ ਹੋਏ ਹੋਏ। ਲੰਡਨ ਬ੍ਰਿਜ ਉਹ ਸਾਹਮਣੇ ਆ, ਥੋੜ੍ਹੀ ਰਹਿ ਗਈ 5 ਕੁ ਮਿੰਟ ਦੀ ਵਾਕ ਹੋਰ, ਆਪਾਂ ਪਹਿਲੇ ਇੱਥੇ ਰੁਕ ਗਏ, ਮੈਂ ਕਿਹਾ ਇੱਥੇ ਵੇਖੀਏ ਪਹਿਲਾਂ ਗੱਲਬਾਤ। ਸਟੇਟ ਟੋਲ ਦਾ ਜਾਣਾ ਉੱਥੇ ਬਿਗ ਬੈਨ ਆ, ਉੱਥੇ ਹੀ ਆਪਣਾ ਉਹ ਵਾ ਲੰਡਨ ਆਈ ਵੀ ਉੱਥੇ ਹੀ ਆ, ਅਤੇ ਟਾਵਰ ਬ੍ਰਿਜ ਵੀ ਉੱਥੇ ਹੀ, ਮਤਲਬ ਕਿ ਸਭ ਕੁਛ ਤੁਹਾਨੂੰ ਉੱਥੇ ਹੀ ਮਿਲ ਜਾਣਾ ਇੱਕੋ ਸਟਰੇਟ ਵਾਕ 'ਚ, ਘੱਟੋ ਘੱਟ ਮਤਲਬ ਕਿ ਤੁਸੀਂ ਕਹਿ ਲਓ ਮੈਕਸੀਮਮ 1 ਘੰਟੇ ਦੀ ਵਾਕ ਹੋਊਗੀ, ਅਤੇ ਵਹਿੰਦੇ ਵਹਿੰਦੇ ਗੱਲਾਂ ਕਰਦੇ ਕਰਦੇ ਪਤਾ ਵੀ ਲੱਗਦਾ ਵੀ ਕਦੋਂ ਤੁਸੀਂ 1 ਘੰਟੇ ਤੁਰ ਲਿਆ ਵਾ, ਐਡੇ ਐਡੇ ਸੋਹਣੇ ਵਿਊਜ਼, ਐਡੇ ਐਡੇ ਸੋਹਣੀਆਂ ਬਿਲਡਿੰਗਸ ਆ ਇੱਥੇ। ਯਾਰ ਜਿਹੜੀ ਆਹ ਸਾਹਮਣੇ ਬਿਲਡਿੰਗ ਆ ਨਾ ਸਦਕ, ਇਹ ਬਹੁਤ ਜ਼ਿਆਦਾ ਅਟਰੈਕਟ ਕਰਨ ਡੀ ਆ, ਇਹਦੀ ਲੋਕੀ ਬੜੀ ਕਲਾਸੀ ਯਾਰ ਬਿਲਡਿੰਗ ਦੀ, ਐਡੀ ਵਧੀਆ ਦੀ ਜਿਹੜੀ ਟਿਪ ਜਗਦੀ ਨਾ ਉੱਤੇ, ਆਹੋ ਲਾਈਟਿੰਗ ਸੀ ਨਾਲੇ, ਆਹ ਨੈਕਸਟ ਲੈਵਲ 'ਚ ਹੀ ਲੱਗਦੀ ਆ। ਹੁਣ ਆਪਾਂ ਅੱਗੇ ਮੂਵ ਕਰੀਏ। ਯਾਰ ਆਹ ਲੰਡਨ ਜਿਹੜਾ ਹੈਗਾ ਨਾ ਨਾਈਟ 'ਚ ਇੰਨਾ ਕੁ ਸੋਹਣਾ ਲੱਗ ਰਿਹਾ, ਮਤਲਬ ਕਿ ਅੱਖੀ ਵੇਖਿਆ ਇੰਨਾ ਕੁ, ਇੰਨੀ ਕੁ ਔਸਮ ਫੀਲਿੰਗ ਆਉਂਦਾ, ਐਂ ਲੱਗਦਾ ਵੀ ਜਿਵੇਂ ਸਵਰਗਾਂ 'ਚ ਘੁੰਮਣ ਡੇ ਆਪਾਂ। ਪਰ ਇਹ ਹੈ ਕਿ ਤੁਸੀਂ ਉਹ ਚੀਜ਼ਾਂ ਨਹੀਂ ਐਕਸਪੀਰੀਅੰਸ ਕਰ ਸਕਦੇ, ਮਤਲਬ ਕਿ ਤੀਆਂ ਚੀਜ਼ਾਂ ਕੈਮਰੇ 'ਚ ਨਹੀਂ ਵੇਖ ਸਕਦੇ ਜਿਹੜੀ ਆਪਾਂ ਅੱਖੀ ਵੇਖ ਲੈਂਦੇ ਹਾਂ, ਬਟ ਆਪਾਂ ਟਰਾਈ ਕਰਦੇ ਹਾਂ ਕਿ ਤੁਹਾਨੂੰ ਹੈ ਨਾ ਕੁਛ ਨਾ ਕੁਛ ਵਧੀਆ ਵਿਖਾਈਏ ਹੁਣ ਜੇ ਆਪਾਂ ਘੁੰਮਣ ਆਏ ਹਾਂ। ਆਪਾਂ ਖੁਦ ਵੀ ਚੀਜ਼ਾਂ ਪਹਿਲੀ ਵਾਰੀ ਵੇਖ ਲੈਂਦੇ ਹਾਂ ਅਤੇ ਤੁਹਾਨੂੰ ਵੀ ਵਿਖਾ ਰਹੇ ਨਾਲ ਨਾਲ, ਅਤੇ ਤੁਸੀਂ ਥੋੜ੍ਹਾ ਜਿਹਾ ਗੈਸ ਕਰ ਸਕਦੇ ਕਿ ਲੰਡਨ ਸਿਟੀ ਕਿੰਨੀ ਕੁ ਬਿਊਟੀਫੁੱਲ ਆ, ਜਿਸ ਹਿਸਾਬ ਨਾਲ ਵੀ ਮੈਂ ਤੁਹਾਨੂੰ ਦਿਖਾਇਆ ਵਾ ਕਲਿਪ 'ਚ ਨਾਈਟ 'ਚ ਸਪੈਸ਼ਲੀ। ਆਹ ਵੇਖੋ ਆਖੋ ਇੱਧਰ ਚੱਲਣ ਡੀ ਆ ਊਬਰ ਵਾਲੀ ਬੋਟ, ਜਿਹਨੂੰ ਆਪਾਂ ਕਹਿੰਦੇ ਕਰੂਜ਼ ਰਾਈਡ। ਆਪਾਂ ਯਾਰ ਆਹ ਵੀ ਕਰਨੀ ਸੀ ਕਰੂਜ਼ ਰਾਈਡ, ਪਰ ਟਾਈਮ ਦੀ ਸ਼ੋਰਟੇਜ ਕਰਕੇ ਸਾਰਾ ਕੁਛ ਇੱਕੋ ਦਿਨ ਪੋਸੀਬਲ ਨਹੀਂ ਹੈਗਾ, ਬਟ ਆਹ ਵਿਊ ਚੈੱਕ ਹੁਣ ਥੋੜ੍ਹੇ ਕਲੀਅਰ ਵੇਖਣਦੇ ਹੋਣੇ ਪਹਿਲੇ ਨਾਲੋਂ, ਪਹਿਲੇ ਤਾਂ ਥੋੜ੍ਹੇ ਡਲ ਡਲ ਸੀ ਕਿਉਂਕਿ ਦੂਰ ਸੀ, ਹੁਣ ਥੋੜ੍ਹੇ ਲੱਗ ਗਿਆ ਕਲੀਅਰ ਆ ਵਿਊਜ਼, ਅਤੇ ਉਹ ਸਾਹਮਣੇ ਆ ਗਿਆ ਆਪਣਾ ਟਾਵਰ ਬ੍ਰਿਜ, ਅਤੇ ਚੱਲੀਏ ਛੇਤੀ ਛੇਤੀ। ਯਾਰ ਆਹ ਚੈੱਕ ਕਰੋ ਲੋਕੇਸ਼ਨ, ਆ ਕਿੱਡੀ ਔਸਮ ਆ, ਕਿਆ ਬਾਤ ਹੈ ਯਾਰ। ਉੱਪਰ ਸ਼ੈੱਡ ਜਿਹਾ ਕੀਤਾ ਪਿਆ ਦੋ ਬਿਲਡਿੰਗਸ ਦੇ ਵਿੱਚ, ਲਾਈਟਿੰਗਸ ਆਲ ਅਰਾਊਂਡ। ਆਹ ਇੱਧਰ ਕਿੱਡਾ ਵਧੀਆ ਸਮੁੰਦਰੀ ਜਹਾਜ਼ ਜਿਹਾ ਬਣਾਇਆ ਪਿਆ ਵਾ,
ਸਕਲਪਚਰ ਜਿਹਾ ਆ ਵੀ ਕਿੰਨਾ ਸੋਹਣਾ ਵਾ ਹਿਜ਼ ਗੈਲਰੀ ਆ ਇੱਧਰ ਰੈਸਟੋਰੈਂਟ ਬਣਿਆ ਹੋਇਆ ਵਾ ਵੀ ਕਿੰਨਾ ਸੋਹਣਾ ਨੈਕਸਟ ਲੈਵਲ क्या बात फुली ऑसम इट इज वो तो ही एंड लगने राला एरिया अगे मूव करिए हुण आ हैगा वा ब्रिटिश मिलिट्री दा जंग वाला जिदा कहिंदे आ जहाज पानी वाला जिवें ये भी अंबेंडन हो गया ना ये भी इन्होंने नॉट इन यूज होना वा तो इन्होंने इनू एज टूरिस्ट अट्रैक्शन यूज कर लिया वा इत्थे रहिंदा ये तो इत्थे भी टिकट लगती इत्थे जाण दी आपां इत्थे जाके भी सारा आपां एक्सपीरियंस कर सकते इत्थे अंदर जाके देख सकते हैं भी की हुंदा इहदे अंदर मतलब कि एवरीथिंग आपां इत्थे जाके एक्सप्लोर कर सकते तो इत्थे भी जा सकते हैं पर टाइम की शॉर्टेज करके आपां नहीं जा सकते तो सामने है जी लंडन ब्रिज आओ वेख सकते तुसीं चलो हुण फटाफट उत्थे चलीए लो हुण आपां गए लंडन की सब तो मेन टूरिस्ट अट्रैक्शन लंडन ब्रिज वैसे टावर ब्रिज कहते हैं पर लोग मोस्टली लंडन ब्रिज कहते हैं बंदे अपने सारे उत्थे वेट कर रहे अजय तो गुरजीत भी उत्थे पहुंचे हुए हैं काफ़ी चिर दे ट्रेन से चल गए ही अभी तुर के आ गए हैं तो दो जने होर अपने मित्र अमृतसर तो खास अपने वह भी उत्थे उन्होंने फोन करके बुलाया मैं चलो अजय भी मिलने ना इसे बहाने बंदा मिल लेता उसका तो मिले जाने टाइम नहीं निकलता हम आप सारे इकट्ठे हुए हैं तो सारी रात नाइट आउट करा इदा ही हम चल फन चलूगा अपना लंडन ब्रिज में आ गया सॉरी टावर ब्रिज इधर आ लंडन का डाउन टाउन जिन्हों आप कह सकते हैं वाली बिल्डिंग्स के नाल ही अपना लंडन ब्रिज इधर इंग्लैंड का झंडा लगा उते बच्चा पूरा पलिया आ वेखो योदा हा आ वेख मार बे जिवें 855 दा ए डिंगदा आउंदा है चू चू करदा आउंदा इधर वेखो जट पूरा ए आ पूरा इधर भरावा हट गया मी हट गया ओके ठीक है वधिया 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 सुना वधिया किन्ना चिर हो गई वेट करदे नु मैक्सिमम 3 मिनट्स 30 साल कह रहे 30 साल आधा घंटा हो गया इन मैक्सिमम 3 मिनट्स ਦੂਰੋਂ ਪਾ ਲੱਗਣੇ ਅੰਬਰਸਰ ਹੀ ਆਏ ਮੁੰਡੇ ਤੁਰ ਕੇ ਅੰਬਰਸਰੋਂ ਆ ਤੁਰ ਕੇ ਹੀ ਆਏ ਸਿੱਧੇ ਮੈਂ ਤਾਂ ਆਕਸਫੋਰਡ ਤੋਂ ਰਹਿਣਾ ਭਰਾ ਅੰਬਰਸਰ ਕੀ ਅੰਬਰਸਰ ਕਹਿੰਦੇ ਸੁਣਿਆ ਮੈਂ ਤਾਂ ਆਕਸਫੋਰਡ ਚ ਰਹਿ ਰਿਹਾ ਭਰਾ ਆਕਸਫੋਰਡ ਸੁਣਿਆ ਲੋਕੇਸ਼ਨ ਦੱਸਣ ਦੇ ਆਪਣੀਆਂ ਤੂੰ ਸਟ੍ਰੈਟਫੋਰਡ ਸਟ੍ਰੈਟਫੋਰਡ ਵਧੀਆ ਏਰੀਆ ਚ ਰਹਿਣ ਦੇ ਜੀ ਵਧੀਆ ਆਪਣੇ ਵਾਲੇ ਬੰਦੇ ਕਿੱਥੇ ਰਹਿ ਗਏ ਕਰੀ ਫੋਨ ਉਹਨਾਂ ਨੂੰ ਹਾਂਜੀ ਮੋਲ ਚਾਲ ਪੂਰਾ ਵਾ ਅੱਜ ਮੋਲ ਚਾਲ ਆ ਬਸ ਮੀਂਹ ਨੇ ਥੋੜਾ ਕੰਮ ਖਰਾਬ ਕੀਤਾ ਆ ਬਸ ਠੀਕ ਹੈ ਪੈਂਟਾਂ ਪਾਈਆਂ ਵਾ ਓਕੇ ਆ कच्चा बदाम वेख्या ਨਖੇਦ ਲਾਂਤੀ ਮਹਾਪੁਰਸ਼ ਪਧਾਰ ਰਹੇ ਨੇ ਤੁਹਾਨੂੰ ਸਾਰੇ ਠੰਡ ਚ ਇਹੀ ਚੀਜ਼ਾਂ ਲੱਭਦੀਆਂ ਵਾ ਵੀ ਪੀਣ ਨੂੰ ਬ੍ਰੋ ਦਿਸ ਇਜ਼ ਸੋ ਗੁੱਡ ਓਏ ਅੰਬਰਸਰ ਅੰਬਰਸਰ ਯੂ ਨੋ ਅੰਬਰਸਰ ਮਜਾਲ ਮੱਝ ਵਾਲੇ ਹੁਣ ਆਪਾਂ ਚੱਲੇ ਟਾਵਰ ਬੀਚ ਦੇ ਉੱਪਰ ਆਪਣਾ ਖਾਣ ਪੀਣ ਇੰਜੋਇਮੈਂਟ ਕਰੀਏ ਖਾਣ ਪੀਣ ਜਿਹੜੀ ਭੁੱਖ ਵੀ ਬੜੀ ਲੱਗੀ ਆ ਬਹੁਤ ਜ਼ਿਆਦਾ ਅੱਜ ਤੋਂ ਬਾਅਦ ਤਰਸੇ ਫਿਰਨ ਦੇ ਮੁੰਡੇ ਇਹਨੂੰ ਭੁੱਖ ਬਹੁਤ ਲੱਗੀ ਆ ਜਸਟ ਫॉर ਗ੍ਰੈਬ ਅ ਸਨੀਕਰ ਕਿਹੜਾ ਹੀ ਓਏ ਵੂ ਹੈ ਕੋਈ
तुर लो छेती नहीं आने जोगे गए थे तुम नहीं लैके आना गां तो इतने आप गां चली हटना इन्हे बंदे आए दो नहीं गए आप जा रही है इन्ना की साथ ही कप नहीं फड़नी रहना आई अपना टावर ब्रिज चेक कर लो आज होना वा ਮਾਹੌਲ ਵੀ ਸੋਹਣਾ ਵਾ ਰਾਤ ਨੂੰ ਹੋਰ ਸੋਹਣਾ ਲੱਗਦਾ ਨਾਈਟ ਲਾਈਫ ਉਹ ਸਾਹਮਣੇ ਕਿਆ ਸੁਝੀ ਗਈ ਬੜਾ ਸੋਹਣਾ ਹੈਗਾ ਉਹ ਗਿਆ ਹਾਂ ਅੰਦਰ ਮੈਂ ਨਹੀਂ ਗਿਆ ਮੈਂ ਬਾਹਰੋਂ ਵੇਖਿਆ ਉਹਨਾਂ ਬਹੁਤ ਸੋਹਣਾ ਹੈਗਾ ਸਾਹਮਣੇ ਵਾਲਾ ਕੈਸਲ ਤੇਰਾ ਮੂੰਹ ਵੇਖਣ ਅੰਦਰ ਝੂਠ ਬੋਲਣਾ ਝੂਠ ਬੋਲਣਾ ਬਾਹਰ ਐਡਾ ਵੱਡਾ ਝੂਠ ਵਾਲਾ ਤੇ ਅੰਦਰ ਵਾੜਦਾ ਮੈਨੂੰ ਤੈਨੂੰ ਬਾਹਰ ਕਿਦੋਂ ਲਿਆ ਉਹਨੇ ਅੰਦਰ ਲੱਗਦੇ ਤੈਨੂੰ ਤੇ ਮੈਂ ਬਾਹਰ ਤੈਨੂੰ ਤੇ ਬਾਹਰ ਖਲੋਤੇ ਨਹੀਂ ਕਹਿੰਦੇ ਚੱਲ ਪਰਿਓ ਚੱਲ ਪਰਿਓ ਲੱਗਦੇ ਯਾਰ ਤੈਨੂੰ ਤੇ ਦੂਰੋਂ ਕਹਿ ਰਹਿੰਦੇ ਆ चिरा बाद मिल देना पुराने यार फिर इदा ही गल्ला होंदियां लगता बंदे दो तीन यार पुराने नाल होण ना फिर ही लगता जी मेल आ गई है मेल आ गई गूगल माड़ी की मास्टर मास्टर क्या आप गां कि जान डे बाकी कि आप तीन ही ਬੜੀ ਜਿਹੜੀ ਫੋਂਡਿਆ ਪਿੱਛੇ ਵੀ ਫੋਂਡਿਆ ਉਧਰੋਂ ਇੱਥੇ ਦਿਲ ਤੇ ਦੂਸਰੀ ਗੱਲਾਂ ਸਿੱਧੀ ਲਾਉਂਦੇ ਦੂਬੋ ਆਓ ਲੋਕ ਕਿਦਾਂ ਮਰਨਦੇ ਆ ਆਓ ਇਹ ਵੀ ਤੂੰ ਪੁੱਛ ਕੀ ਹੈ ਇਹ ਤਾਂ ਉਸਾਲਿਆ ਹਾਂ ਤੂੰ ਇਹਨਾਂ ਨਾਲ ਹੁਣ ਆਪਾਂ ਪੰਜ ਹੋ ਗਏ ਹੁਣ ਪੰਜ ਬਦਲ ਲਿਆ ਸਾਰਾ ਏ ਗਾਣਾ ਜਿੱਦ ਆਵਾਜ਼ ਕਰ मित्रों हूँ आप आ गए जी लंडन का टाइम स्क्वेयर जिथे आप कह सकते हैं जिदा अमेरिका च है टाइम स्क्वेयर इदा आ लंडन का कह लो इतने एड्स वगैरह चल दया वा बहुत क्लासी प्लेस है भी एडिया वधिया वधिया वीडियोस बनदिया पईआं ना ते अपने गाइज आ खड़े ने की करन दिया भरावा मैं ब्लॉग बना दिया ऐ कर लग पिया वा इतने यार जगह जगह ना स्क्रीन लगे हुई छोटिया छोटिया मतलब कि एडवर्टीजमेंट्स वास्ते आखो एक सामने भी लगी इधर नू एक लास्ट भी लगी इतनी छोटी स्क्रीन
ਇੱਥੇ ਵੀ ਐਡਵਰਟਾਈਜ਼ਮੈਂਟ ਚੱਲਦੀਆਂ ਵਾ ਮਿਲਕਿ ਯਾਰ ਨੈਕਸਟ ਲੈਵਲ ਜਗ੍ਹਾ ਵਾ ਇੱਥੇ ਇੰਨੀਆਂ ਜਗ੍ਹਾ ਐਕਸਪਲੋਰ ਕੀਤੀਆਂ ਨਾ ਅੱਜ ਵਧੀਆ ਵਧੀਆ ਮੈਂ ਆਉਣ ਡਿਆ ਅੱਜ ਮੈਂ ਲੰਡਨ ਘੁੰਮ ਕੇ ਸਹੀ ਗੱਲ ਅੱਜ ਪੂਰਾ ਮੈਂ ਆਇਆ ਮੈਂ ਇਹ ਠੀਕ ਹੋ ਗਿਆ ਠੀਕ ਹੋ ਗਿਆ ਆਹੋ ਠੀਕ ਹੋ ਗਿਆ ਆਹੋ बुक किया भाजी ने बहुत दूर 40 मिनट की ड्राइव है इथों फिर आप होटल पहुंच गए उथे आप ब्लॉग नूं एंड करांगे हुण मित्र प्यार नहीं कहते होटल पहुंच गए आप हम सोई है 4 बज गए भरावा लोग इस टाइम उठ जाते अं कमरे जान डे एक दूजे चाहिए आहो पर अज मजा बहुत है अब सारा लंडन गा लिया सवेर तो लैके रात 4 बज गए अगला दिन चढ़ गया हिसाब लो यार लंडन का कहना नहीं छड़न दे लंडन च सफर करना बहुत स्ट्रेटिकल है यू नो व्हाट आई मीन अगली बार भी हो सीखा कि तू इतनी मम्मा हो क्यों के वर्ड क्या बात है मुंडिया आ तू चीज वधिया की थी जब तू वाला रूम बुक करता ना वही पावर जाने कुड़ियों दे फ्लावर जाने हैं इतने फायदा है 150 पाउंड माँ इतने बहुत वधिया वो दोनों पैक सोसी करते थे सुते कितने हैं तेरा डा ਪਿਛਲਾ ਵਲੌਗ ਵੇਖਿਆ ਨਾ ਆਪਾਂ 180 ਦੇ ਕੇ ਤੇ ਜਾਨੇ ਦੇ ਕਿੱਥੇ ਸੁੱਤੇ ਤੇ ਆ ਵੇਖ ਲੋ ਰੂਮ 100 ਪਾਉਂਡ ਆ 150 ਪਾਉਂਡ ਦੇ 150 ਨਾ ਇਹ 120 120 ਜਾ ਵੇਖ ਲੋ ਰੂਮ ਕੀ ਬਾਤ ਹੈ ਇਹ ਤੇ ਆਪਾਂ ਸਵੇਰ ਨੂੰ ਵੇਖੀ ਰੂਮ ਦਾ ਬੰਦਾ ਕੋਈ ਨਹੀਂ ਇਹ ਤੇ ਬਹੁਤ ਸਾਫ ਸੁਥਰਾ ਸਵੇਰ ਨੂੰ ਵੇਖੇ ਬੰਦਾ ਜੀ ਇੱਥੇ ਉਹਨਾਂ ਨੂੰ ਪਾਲੇ ਕੋ ਆਉਗੀ ਬੰਦੇ ਆਏ ਸੀ ਤੇ चलो मित्रो यार 4 बज गए हुण सोईए बहुत ज्यादा थक गए हैं सारा दिन सही कि उठिए उठे ते पे मम्मा मम्मा इधर देखो चाह कॉफी ली इंतजाम किया पिया जी कॉफी पीनी जे है किथे यार एक मिनट हो जा ओके प्रेस भी है अब पेंट मड़ी कर दे फिर नु प्रेस कोई नहीं मैं ना व्लॉग एंड कर दी हुण बाबा जी कर दी इतनी ना हूं सोईए प्रेशर बने तो दस नहीं बाहर आए ने नहीं नहीं मैं करना ही चलाओ फिर इतने कर दे व्लॉग एंड मित्रों तुम वेखे कि सारा लंडन गाता हूं बज गए 4 हूं आप सोईए बहुत ज्यादा थक गए नींद आन डी भरावा ट्रेना जिन्नी इन ट्रेना बदलियां हजे तक झूठे आते ट्रेना के पहलो भाजी ब्लॉग एंड कर दी नवाने कोई नी तो ब्लॉग में हम आप इतने एंड कर दे आई होप तुम ब्लॉग पसंद आया होगा तो लाइक शेयर कमेंट जरूर कर दौ तो मेक श्योर कर दो चैनल सबसक्राइब जरूर कर दौ बैल आइकन प्रेस कर दौ तो डिस्क्रिप्शन से थले लिंक दिता है वा स्नैपचैट का इंस्टाग्राम का उत्थे भी फॉलो तो ऐड जरूर कर लियो तो मिलते हैं अगले ब्लॉग च टिल दैन बाय टेक केयर वो इधर ही